ਦੇਸ਼ ਦੀ ਧਰਤੀ ਤੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ, ਜਿੱਥੇ ਇੱਕ 20 ਸਾਲਾ ਨੌਜਵਾਨ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਦੱਸਦੇ ਕਿ ਹੁਸ਼ਿਆਰਪੁਰ ਦੇ ਉੜਮੁੜ ਟਾਂਡਾ ਅਧੀਨ ਪੈਂਦੇ ਪਿੰਡ ਜਹੂਰਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਵਰਿੰਦਰ ਸਿੰਘ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਕਰੀਬ 11 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਅਤੇ ਅਮਰੀਕਾ ਦੇ ਇੰਡੀਆਨਾ ਵਿਖੇ ਰਹਿ ਰਿਹਾ ਸੀ। ਬੀਤੇ ਦਿਨੀ ਵਰਿੰਦਰ ਸਿੰਘ ਕੰਮ ਤੋਂ ਸਾਈਕਲ 'ਤੇ ਵਾਪਸ ਨਿਕਲਿਆ ਅਤੇ ਮਿਸਵਾਕ ਵਿਖੇ ਹਾਈਵੇ 'ਤੇ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਵਰਿੰਦਰ ਸਿੰਘ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਵਰਿੰਦਰ ਸਿੰਘ ਕਰੀਬ 20 ਸਾਲ ਦਾ ਸੀ ਅਤੇ ਉਸਦੇ ਪਿਤਾ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਵਰਿੰਦਰ ਦੀ ਮੌਤ ਦੀ ਖਬਰ ਮਿਲਣ 'ਤੇ ਪਿੰਡ ਜਹੂਜ਼ਾ ਦੇ ਵਿੱਚ ਭਾਰੀ ਸੋਗ ਦੀ ਲਹਿਰ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਹੇ ਨੇ ਕਿ ਮ੍ਰਿਤਕ ਦੀ ਲਾਸ਼ ਭਾਰਤ ਮੰਗਵਾਈ ਜਾਵੇ ਅਤੇ ਉਸਦਾ ਅੰਤਿਮ ਸੰਸਕਾਰ ਰੀਤੀ ਰਿਵਾਜ਼ਾਂ ਦੇ ਨਾਲ ਕੀਤਾ ਜਾਵੇ। ਤਾਂ ਦੱਸਦੇ ਕਿ 20 ਸਾਲ ਦਾ ਇਹ ਨੌਜਵਾਨ ਸੀ, 11 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਅਤੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੁੰਡੇ ਨੂੰ ਭੇਜੋ ਵਰਿੰਦਰ ਨੂੰ। ਵਰਿੰਦਰ ਕਿਦੋਂ ਗਿਆ ਸੀ ਅਮਰੀਕਾ ਦੇ ਵਿੱਚ? ਹਾਂ, ਵਰਿੰਦਰ ਨੂੰ ਗਈ। ਹਾਏ, ਮੇਰੀ ਤੇ ਭੈਣ ਦੁੱਖਾਂ ਚ ਮਰ ਚੱਲੀ ਏ। ਹਾਏ, ਮੇਰੀ ਭੈਣ ਸਾਹਿਬ ਵਰਿੰਦਰ ਕਿਹੜੇ ਸ਼ਹਿਰ ਰਹਿੰਦਾ ਸੀ? ਬੜੇ ਚਾਵਾਂ ਨਾਲ ਘੱਲਿਆ ਸੀ, ਕਰਜ਼ਾ ਚੁੱਕ ਕੇ ਘੱਲਿਆ, ਅਜੇ ਤੇ ਰਾਹ ਨੀ ਮੈਲਾ ਹੋਇਆ ਉਹਦਾ, ਉਹਦੇ ਪੈਸੇ ਵੀ ਨੀ ਲੱਤੇ। ਅਜੇ ਸਟੋਰ ਤੋਂ ਬਾਹਰ ਨਿਕਲਿਆ, ਰੋਂਗ ਸਾਈਡ ਆ ਕੇ ਮੇਰੇ ਬੱਚੇ ਨੂੰ ਸਾਈਕਲ ਚ ਮਾਰੀ ਗੱਡੀ, ਹਾਦਸਾ ਹੋ ਗਿਆ। ਕਿਸੇ ਨੇ ਫੋਨ ਲਾਇਆ ਸੀ, ਕਹਿੰਦੇ ਤੁਹਾਡਾ ਬੇਟਾ ਏਦਾਂ ਏਦਾਂ ਹੋ ਗਿਆ, ਮਾਲਕ ਉਹਦੇ ਨੂੰ। ਵਰਿੰਦਰ ਨਾਲ ਤੁਹਾਡੀ ਆਖਰੀ ਵਾਰ ਕਿਦੋਂ ਗੱਲ ਹੋਈ? ਇੱਕ ਦਿਨ ਪਹਿਲਾਂ ਆਈ ਸੀ ਰਾਤ ਨੂੰ ਕੰਮ ਤੋਂ ਆ। ਕੀ ਕਹਿੰਦਾ ਸੀ? ਕਹਿੰਦਾ, ਮੰਮੀ ਮੈਂ ਕੰਮ ਤੋਂ ਆ ਗਿਆ ਵਾ, ਮੈਂ ਰੋਟੀ ਖਾ ਲਈ, ਹੁਣ ਮੈਂ ਸੌਣ ਲੱਗਾ, ਵਰਿੰਦਰ ਦੇ ਪ੍ਰਿਤਾ ਦੀ ਡੈਥ ਹੋ ਗਈ। ਭਾਰਤੀ ਸਰਕਾਰ ਨੂੰ ਮੈਂ ਕਹਾਂਗੀ ਕਿ ਮੇਰੇ ਪੁੱਤਰ ਦੀ ਲਾਸ਼ ਇੰਡੀਆ ਲਿਆਂਦੀ ਜਾਵੇ, ਮੈਂ ਸਸਕਾਰ ਕਰਾਂ ਪ੍ਰਵਤੀ, ਮੈਂ ਆਪਣੇ ਹੱਥੀਆਂ ਦਾ ਸਸਕਾਰ ਕਰਾਂ, ਆਪਣੇ ਪੁੱਤਰ ਨੂੰ ਜਾਂਦੀ ਮੇਰੀ ਵੇਖਾਂ।
ਮੈਂ ਪੁੱਤਰ ਨਾ ਜਾਂਦੀ ਮੇਰੀ ਮੂੰਹ ਵੇਖ ਸਕਦਾ ਅਮਰਿੰਦਰ ਨੂੰ 10 ਕੁ ਮਹੀਨੇ ਹੋਏ ਜੀ ਗਏ ਨੂੰ। ਇਹ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ, ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤੇ ਰੋਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ, ਉਹਦੇ ਨਾਲ ਹੀ ਹਾਦਸੇ 'ਚ ਇਹਦੀ ਮੌਤ ਹੋ ਗਈ। ਬਹੁਤ ਦੁੱਖ ਦੀ ਗੱਲ ਹੈ, ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ ਹੈ ਅਤੇ ਉਹ ਮੁੰਡੇ ਦਾ ਡੈਡੀ ਵੀ ਹੈ ਨਹੀਂ ਤਾਂ ਬਹੁਤ ਗਰੀਬ ਘਰ ਤੋਂ ਅਸੀਂ ਵਿਚਾਰਾ ਕਰਜ਼ਾ ਕੁਰਜ਼ਾ ਚੁੱਕ ਵੀ ਗਏ ਸੀ। ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਾਂਗੇ ਕਿ ਇਹਨਾਂ ਦੀ ਮ੍ਰਿਤਕ ਦੇਹ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਵੇਖ ਸਕੇ, ਆਪਣੇ ਹੱਥਾਂ ਦੇ ਨਾਲ ਪਰਿਵਾਰ ਸੰਸਕਾਰ ਕਰ ਸਕੇ। ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਸਾਡੀ